ਅਸਲਾਮ ਵਾਲੇਕੁਮ ਗਾਇਜ਼, ਕੀ ਹਾਲ ਚਾਲ ਆ? ਠੀਕ ਠਾਕ, ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਚੱਕ ਪਹੁੰਚ ਗਏ ਹਾਂ, ਟਾਈਮ ਤਕਰੀਬਨ ਹੋ ਗਿਆ 4 ਵਜੇ ਦਾ, ਅਤੇ ਬੈਠੇ ਹਾਂ ਇੱਥੇ। ਟਿਊਬਵੈੱਲ ਚਲਾਉਣਾ ਵਾ, ਟਿਊਬਵੈੱਲ ਥੋੜ੍ਹਾ ਜਿਹਾ ਹੋਇਆ ਖਰਾਬ, ਉਹ ਸਹੀ ਕਰਨ ਡਏ ਹਾਂ। ਗਰਮੀ ਬੜੀ ਸੀ ਅਤੇ ਛਾਂ ਦੇ ਆ ਕੇ ਬਹਿ ਗਏ। ਨਾਲ ਵਾਲੇ ਖਿਲਾੜੀ ਜਿਹੜੇ ਸੌ ਗਏ ਆ, ਇੱਕ ਇੱਧਰ ਆ ਬੈਠਾ ਲਵਾਂ, ਖਾਲੇ 'ਤੇ ਲਵਾਂ ਪਿਆ, ਹੁਣ ਆ ਬਹਿ ਗਿਆ। ਅਤੇ ਗਰਮੀ ਦੀ ਵਜ੍ਹਾ ਤੋਂ ਕਾਂ ਨੂੰ ਵੀ ਬੜੀ ਪਿਆਸ ਲੱਗੀ ਆ, ਵੀਵਰ ਇਹ ਵੀ ਪੀ ਰਿਹਾ ਪਾਣੀ। ਆ ਤੁਹਾਨੂੰ ਦਿਖਾਉਣਾ, ਥੋੜ੍ਹੀ ਦੇਰ ਤੱਕ ਟਿਊਬਵੈੱਲ ਸੈੱਟ ਕਰਕੇ ਚਲਾਉਂਦੇ ਹਾਂ। ਸ਼ਮੀਰ, ਕਿੰਨੀ ਕੁ ਦੇਰ ਨੂੰ ਸੈੱਟ ਹੋ ਜਾਏਗਾ? 7-8 ਦਿਨ ਲੱਗਣਗੇ। ਇਹ ਸੇਮ ਨਾਲੇ ਦਾ ਟਿਊਬਵੈੱਲ ਆ ਜਾਂ ਮੁਰੱਬੇ ਦਾ? ਅੱਛਾ ਅੱਛਾ ਅੱਛਾ, ਚਲੋ ਔਰ ਸਹੀ ਹੈ। ਲਓ ਜੀ, ਸੇਮ ਨਾਲੇ ਵਾਲੇ ਟਿਊਬਵੈੱਲ ਵਾਲਾ ਮਿਸਤਰੀ ਜਿਹੜਾ ਆ ਗਿਆ ਵਾ। ਥੱਲੇ ਪਾਉਣਾ ਨੀ, ਬਸ ਆ ਭਰ ਜਾਵੇ, ਬਸ ਬਸ ਚੱਲ। ਇੱਕ ਵਾਰ ਦੇਖ ਲਓ, 2 ਮਿੰਟ ਯਾਰ, ਕਿਤੇ ਨੀ ਜਾਣਾ, ਪਾਣੀ ਨੀ ਲੀਕ ਹੈਗਾ, ਪਾਣੀ ਲੀਕ ਹੈ ਕਿਉਂਕਿ ਉਸ ਦਿਨ ਖੜੇ ਟੂਵਲ ਨੇ ਪਾਣੀ ਚੁੱਕ ਲਿਆ ਸੀ। ਤੂੰ ਪੰਜ ਉਹਦੇ, ਤੈਨੂੰ ਮੈਂ ਕਿਹਾ ਚੁਕਾ ਦੇਵਾਂਗਾ ਤੈਨੂੰ। ਨਹੀਂ ਚੁੱਕਣਾ ਜੀ, ਉਹ ਫਿਰ ਫਸੀ ਰਹਿਣੀ, ਮੇਰੀ ਗਰੰਟੀ ਆ। ਉਹ ਚੁੱਕ ਤੇ ਜਾਣਾ ਸੀ, ਫਸੀ ਰਹਿਣੀ ਸੀ, ਉਹ ਗਿਟਕ ਜੀ, ਉਹ ਫਸੀ ਰਹਿਣੀ ਸੀ, ਪਾਣੀ ਚੁਕਾ ਦੇਣਾ, ਕੀ ਪਤਾ ਸਾਡਾ ਨਾਮ ਹੀ ਨਿਕਲ ਜਾਂਦੇ। ਦੋਸਤੋ, ਦੂਸਰਾ ਟਿਊਬਵੈੱਲ ਸਹੀ ਕਰਦੇ ਪਏ ਸੀ, ਹੋ ਗਿਆ। ਇੰਜਣ ਲੈਣ ਗਿਆ ਵਾ ਬੰਦਾ, ਅਤੇ ਆਪਣੇ ਆਹ ਟਿਊਬਵੈੱਲ ਚਲਾਉਣਾ, ਉਹ ਮੇਰੇ ਕਜ਼ਨ ਨੇ ਲਾਇਆ ਹੋਇਆ ਇੱਥੇ ਨਾਲ ਹੀ ਨਾ। ਅਤੇ ਦੂਸਰਾ, ਅੱਲਾ ਤੁਹਾਡਾ ਭਲਾ ਕਰੇ, ਟਰੈਕਟਰ ਮੈਂ ਮੰਗਵਾਇਆ ਵਾ, ਟਰੈਕਟਰ ਚਲਾ ਕੇ ਆਹ ਕਪਾਹ ਭਰਨੀ ਆ ਜਿਹੜੀ ਆ, ਦੇਖੋ ਨਾ ਕਿੱਦਾਂ ਸੁੱਕਾ ਮਨਾਉਣ ਡਈ ਆ। ਅੱਜ ਬੁੱਧ ਸੀ, ਅੱਜ ਸਾਡੀ ਵਾਰੀ, ਪਿਛਲੀ ਵਾਰੀ ਪਿਛਲੀ ਬੁੱਧ ਦੇ ਉੱਤੇ ਸੁੱਕ ਗਈ ਸੀ ਨਹਿਰ, ਅਤੇ ਹੁਣ ਹਫ਼ਤਾ ਹੋ ਗਿਆ ਪਾਣੀ ਕੋਈ ਨਹੀਂ ਆਇਆ, ਸਵੇਰੇ ਪਾਣੀ ਆਉਣਾ, ਮਤਲਬ ਜੁਮੇ ਰਾਤ ਵਾਲੇ ਦਿਨ। ਹੁਣ ਅੱਲਾ ਖੈਰ ਕਰੇ, ਇਹਨੂੰ ਲਾਉਂਦੇ ਹਾਂ ਪਾਣੀ ਚਲਾ ਕੇ ਟਿਊਬਵੈੱਲ। ਭਾਈ ਨੂੰ ਕਿਹਾ ਮੈਂ, ਕਿਹਾ ਟਰੈਕਟਰ ਲੈ ਕੇ ਆ, ਟਿਊਬਵੈੱਲ ਚਲਾਉਂਦੇ ਹਾਂ। ਟਰੈਕਟਰ ਆਪਣਾ ਆ ਗਿਆ ਬੰਦਾ ਲੈ ਕੇ, ਹੁਣ ਲਾਏਗਾ ਇਸ ਪਿੱਛੇ ਸ਼ਾਫਟ। ਛਾਪੜ ਵਾਓ, ਛਾਪੜ ਲਵਾ, ਚਾਬੀ ਭੁੱਲ ਆਇਆ, ਚਾਬੀ ਭੁੱਲ ਆਇਆ, ਦੋ ਸੌ ਟਿਊਬਵੈੱਲ ਚੱਲ ਪਿਆ ਵਾ, ਅੱਲਾ ਖੈਰ ਕਰੇ, ਪਾਣੀ ਦੇ ਰਿਹਾ ਮਾਰੋ ਮਾਰ, ਪਾਣੀ ਚੱਲ ਪਿਆ ਲਾਉਣਾ, ਇਸ ਕਪਾਹ ਨਾਲ ਨੂੰ ਹੀ ਇੱਕ ਨੂੰ ਆ ਪਾਣੀ ਥੋੜ੍ਹਾ ਜਿਹਾ ਹੋਦੀ ਦਾ ਸਾਫ਼ ਹੁੰਦਾ ਨਾ, ਅਤੇ ਇਸ ਤੋਂ ਬਾਅਦ ਵਿੱਚ ਨਹਾਉਂਦੇ ਹਾਂ। ਲਓ ਜੀ ਦੋਸਤੋ, ਦੂਸਰਾ ਪੀਟਰ ਇੰਜਣ ਵੀ ਆ ਗਿਆ ਵਾ, ਜਿਹੜਾ ਕਿ ਪੀਟਰ ਉੱਤੇ ਟਿਊਬਵੈੱਲ ਚੱਲਣਾ ਵਾ। ਪੀਟਰ ਹੋ ਗਿਆ ਸੀ ਖਰਾਬ, ਸੀਜ਼ ਹੋ ਗਿਆ ਸੀਗਾ, ਇਹਨੂੰ ਦੁਬਾਰਾ ਸਹੀ ਸੂਈ ਕਰ ਰਹੇ, ਉਹ ਟਿਊਬਵੈੱਲ ਚੱਲ ਰਿਹਾ ਵਾ, ਤਾਂ ਤੁਹਾਨੂੰ ਦਿਖਾਉਣਾ ਵਾ ਪਾਣੀ ਕਿੱਥੇ ਪੈ ਰਿਹਾ। ਥੱਲ ਦਾ ਇੱਥੇ ਇਹ ਆਹ ਪਾਣੀ ਜੀ ਪੈ ਰਿਹਾ ਨੇੜੇ ਹੀ, ਇੱਥੋਂ ਦੀ ਸਿੱਧਾ ਐਨ।
ਬਾਈ ਫਿਰ ਜਨਰੇਟਰ ਇੰਜਨ ਸਟਾਰਟ ਕਰਨ ਲੱਗੇ ਉਹਦੀ ਤਬੀਅਤ ਸਹੀ ਨਹੀਂ ਆ ਰਹੀ ਯਾਰ ਸਟਾਰਟ ਹੋ ਗਿਆ ਤੇ ਕਈ ਦਫ਼ਾ ਹੱਥੀ ਜਿਹੜੀ ਹੈ ਨਾ ਨਾਲ ਹੀ ਤੁਰ ਪੈਂਦੀ ਆ ਰੇਸ ਘੱਟ ਕਰਕੇ ਵੱਧ ਕਰ ਰਹੇ ਜੀ ਇਹ ਬੋਰ ਨਵਾਂ ਕਰਾਇਆ ਸੀਗਾ ਦੇਖਦੇ ਕੀ ਬਣਦਾ ਦੋਸਤੋ ਟਿਊਬਵੈੱਲ ਬੰਦ ਕਰ ਦਿੱਤਾ ਟਰੈਕਟਰ ਚਲਾ ਗਿਆ ਆਹ ਤੁਹਾਨੂੰ ਦਿਖਾਉਣਾ ਪਿੱਛੇ ਅਤੇ ਕਪਾਹ ਨੂੰ ਜਿਹੜੀ ਨੂੰ ਪਾਣੀ ਲਾਉਂਦੇ ਪਏ ਸੀ ਆ ਪਿੱਛੇ ਵਾਲੀ ਕਪਾਹ ਨੂੰ ਪਾਣੀ ਨਾਲ ਭਰ ਦਿੱਤੀ ਆ ਟਰੈਕਟਰ ਵੀ ਚਲ ਗਿਆ ਉਹ ਟਿਊਬਵੈੱਲ ਚੈੱਕ ਕਰ ਰਹੇ ਸੀ ਜਿਹੜਾ ਖਰਾਬ ਹੋਇਆ ਸੀ ਉਹ ਵੀ ਸਹੀ ਹੋ ਗਿਆ ਬੰਦ ਕਰਕੇ ਚਲ ਗਏ ਹੁਣ ਆਹ ਛੋਟੇ ਪਾਇਪ ਲਾ ਕੇ ਨਾ ਆਹ ਹੋਦੀ ਖਾਲੀ ਕਰ ਰਹੇ ਹਾਂ ਇਹ ਹੋਦੀ ਨਾ ਇੱਥੇ ਜਿਹਨੂੰ ਟਿਊਬਵੈੱਲ ਚਲਾਉਂਦੇ ਹਾਂ ਤਾਂ ਅਸੀਂ ਇੱਧਰ ਉੱਧਰ ਚਲ ਜਾਂਦੇ ਹਾਂ ਅਤੇ ਆਹ ਜਿਹੜੇ ਇੱਥੇ ਰਹਿੰਦੇ ਆ ਨਾ ਥੋੜ੍ਹੀ ਉਹਨਾਂ ਦੇ ਨਿਆਣੇ ਆ ਕੇ ਇੱਥੇ ਛਾਲਾਂ ਮਾਰਦੇ ਨਹਾਉਂਦੇ ਆ ਇੱਥੋਂ ਹੋਦੀ ਹੋ ਗਈ ਆ ਲੀਕ ਅਤੇ ਲੀਕ ਇੱਥੋਂ ਲੀਕ ਹੋ ਕੇ ਪਾਣੀ ਅੰਦਰੋਂ ਅੰਦਰ ਹੀ ਨਾ ਇਹਦੇ ਵਿੱਚ ਆ ਰਿਹਾ ਆਹ ਦੇਖੋ ਉਹ ਉੱਥੋਂ ਹੁਣ ਅਸੀਂ 2 ਘੰਟੇ ਪਾਣੀ ਟਿਊਬਵੈੱਲ ਚਲਾਇਆ ਤਾਂ ਸਾਨੂੰ 2-3 ਦਫ਼ਾ ਇਹਦੇ ਵਿੱਚੋਂ ਪਾਣੀ ਕੱਢਣਾ ਪਿਆ ਮੈਂ ਕਿਹਾ ਇਹਨੂੰ ਨਾ ਖਾਲੀ ਕਰਕੇ ਦੇਖਦੇ ਹਾਂ ਕਿ ਇਹਦੇ ਵਿੱਚ ਪਾਣੀ ਕਿੱਥੋਂ ਇਹਦੇ ਥੱਲੇ ਜਾਂਦਾ ਫਿਰ ਇਹਦੇ ਸੀਮਟ ਪਾਉਂਦੇ ਹਾਂ ਇਸ ਵਾਸਤੇ ਉਹ ਇੰਜਣ ਦੇ ਪੈਪ ਲਾ ਕੇ ਨਾ ਅਤੇ ਆਹ ਹੋਦੀ ਖਾਲੀ ਕਰਦੇ ਪਏ ਅੱਲਾ ਖੈਰ ਕਰੇ ਥੋੜ੍ਹੀ ਦੇਰ ਤੱਕ ਹੋ ਜਾਏਗੀ ਅਤੇ ਫਿਰ ਇਹਨੂੰ ਨਾ ਲਾਉਂਦੇ ਹਾਂ ਖਾਦ ਪਾ ਦਿੱਤੀ ਇਹਨੂੰ ਖਾਦ ਨਾ ਕੇਰਾ ਕੀਤਾ ਇਹਦੇ ਵਿੱਚ ਖਾਦ ਦਾ ਆਹ ਕਿੱਲੇ ਦੇ ਵਿੱਚ ਹੁਣ ਡੇਰੇ ਆਪਾਂ ਯੂਬ ਟਰੈਕਟਰ ਲੈ ਗਿਆ ਡੇਰੇ ਅਤੇ ਮੈਂ ਵੀ ਥੋੜ੍ਹੀ ਦੇਰ ਤੱਕ ਡੇਰੇ ਜਾਣਾ ਪਹਿਲੇ ਟਿਊਬਵੈੱਲ 'ਤੇ ਨਹਾਉਂਦੇ ਨਹਾਉਂਦੇ ਰਹੇ ਹਾਂ ਕੱਪੜੇ ਕਮੀਜ਼ ਸਮੇਤ ਹੀ ਅਤੇ ਇਨਸ਼ਾਅੱਲਾ ਹੁਣ ਜਾਂਦੇ ਹਾਂ ਡੇਰੇ ਥੋੜ੍ਹੀ ਦੇਰ ਤੱਕ ਸਾਡੇ ਨਾਲ ਜੁੜੇ ਰਹੋ ਉਹ ਉੱਧਰ ਵਾਲੀ ਕਪਾਹ ਵੀ ਦੇਖਦੇ ਹਾਂ ਉਹਦੀ ਕੀ ਸੂਰਤ ਹਾਲ ਔਰ ਪਨੀਰੀ ਵੀ ਚੈੱਕ ਕਰਦੇ ਹਾਂ
ਲਓ ਜੀ ਵੀ ਫਿਰ ਨਹਿਰ 'ਚ ਉਹਨਾਂ ਨੇ ਦੁਬਾਰਾ ਪਾਣੀ ਛੱਡ ਦਿੱਤਾ ਵਾ ਤਕਰੀਬਨ ਇੱਕ ਹਫ਼ਤੇ ਬਾਅਦ, ਅਤੇ ਸਾਦਕਾਬਾਦ ਵਾਲੀ ਨਹਿਰ ਡਾਊਨ ਕੀਤੀ ਹੋਈ ਸੀ ਅਤੇ ਉਹ ਬੰਦ ਕਰਕੇ ਤਾਂ ਹੁਣ ਇਹਨਾਂ ਨੇ ਪਿੱਛੋਂ ਇੱਧਰੋਂ ਕੋਈ ਨਹਿਰ ਬੰਦ ਕੀਤੀ ਹੈ ਤਾਂ ਆਹ ਪਾਣੀ ਛੱਡਿਆ, ਆਹ ਪਾਣੀ ਆ ਰਿਹਾ ਫੁੱਲ ਸਪੀਡ ਨਾਲ, ਅੱਧੇ ਘੰਟੇ ਤੱਕ ਨਹਿਰ ਫੁੱਲ ਹੋ ਜਾਏਗੀ। ਅਤੇ ਵੀਡੀਓ ਕੱਲ੍ਹ ਵਾਲੀ ਕੰਪਲੀਟ ਨਹੀਂ ਹੋਈ ਸੀ, ਉਹੀ ਵੀਡੀਓ ਦੁਬਾਰਾ ਸਟਾਰਟ ਕੀਤੀ ਆ, ਸਾਡੇ ਨਾਲ ਜੁੜੇ ਰਹੇ। ਹੁਣ ਚੱਕ ਪਹੁੰਚ ਗਿਆ ਵਾਂ, ਚੱਕੇ 'ਚ ਥੋੜ੍ਹਾ ਜਿਹਾ ਕੰਮ ਆ, ਇੱਧਰ ਵੇਖੋ ਪਾਣੀ ਆ ਰਿਹਾ, ਪਾਣੀ ਕਿੱਦਾਂ ਜਾ ਰਿਹਾ ਔਰ ਆਵਾਜ਼ ਵੀ ਆ ਬਕਾਇਦਾ। ਇਹ ਫਿਰ ਚੱਕ ਪਹੁੰਚ ਗਿਆ ਹਵੇਲੀ, ਭਾਈ ਉਹ ਪੱਠੇ ਕੁਤਰਨ ਡਿਆ, ਸਵੇਰੇ 7 ਵਜੇ ਦਾ ਟਾਈਮ, ਮੁੰਡੇ ਪਾਣੀ ਪੜਾਉਂਦੇ ਪਏ ਮਾਲ ਨੂੰ, ਕਾਠਾ ਕੱਠਾ ਕਾਠਾ। ਮੈਂ ਕਿਹਾ ਪੱਠੇ ਵੇਖਦੇ ਤਾਂ ਨਹੀਂ, ਵੱਢ ਵਾਹਵਾ ਸਾਰੇ ਲਿਆ ਕਰੋ। ਪਾਣੀ ਆ ਗਿਆ, ਖਾਲੇ ਦੀਆਂ ਖਾਟੀਆਂ ਖੁੱਟੀਆਂ ਕੀਤੀਆਂ, ਇਨਸ਼ਾਅੱਲਾ ਹੁਣ ਜਿੱਦਾਂ ਹੀ ਵਾਰੀ ਆਪਣੀ ਕੱਲ੍ਹ ਤਾਂ ਲੰਘ ਗਈ ਬੁੱਧ ਵਾਲੇ ਦਿਨ, ਅਗਲੇ ਬੁੱਧ 'ਤੇ ਜਦੋਂ ਆਏਗੀ ਤਾਂ ਫਿਰ ਪਾਣੀ ਲਾਵਾਂਗੇ। ਪਾਣੀ ਆ ਗਿਆ ਨਹਿਰ ਵਿੱਚ, ਜਿਵੇਂ ਕਿ ਸੁਬਹਾ ਤੁਹਾਨੂੰ ਦਿਖਾਇਆ ਸੀਗਾ, ਸੁਬਹਾ ਹਜੇ ਆ ਰਿਹਾ ਸੀ ਲੇਕਿਨ ਹੁਣ ਨਹਿਰ ਅੱਧੀ ਅੱਧੀ ਹੋ ਗਈ ਹੈ, ਇਹ ਤਕਰੀਬਨ ਇਨਸ਼ਾਅੱਲਾ ਸ਼ਾਮ ਤੱਕ ਭਰ ਜਾਣੀ ਆ। ਅਤੇ ਜਦੋਂ ਨਹਿਰ ਵਿੱਚ ਪਾਣੀ ਆਉਂਦਾ ਨਾ ਤਾਂ ਉਸ ਟਾਈਮ ਜਿਹੜਾ ਵਾ ਜ਼ਿਮੀਦਾਰਾਂ ਦੇ ਮੂੰਹ 'ਤੇ ਵੀ ਮੁਸਕਰਾਹਟ ਆ ਜਾਂਦੀ ਹੈ। ਮਾਸ਼ਾਅੱਲਾ ਅੱਧੀ ਅੱਧੀ ਨਹਿਰ ਹੋ ਗਈ ਆ ਅਤੇ ਸਾਡੀ ਤਿਆਰੀ ਬਣ ਗਈ ਹੈ ਸ਼ਹਿਰ ਜਾਣ ਦੀ, ਅਤੇ ਹੁਣ ਸ਼ਹਿਰ ਦੇ ਜਾ ਰਹੇ ਹਾਂ। ਮੈਂ ਕਿਹਾ ਜਾਂਦੇ ਜਾਂਦੇ ਨਹਿਰ ਦੀ ਸੂਰਤ ਹਾਲ ਦਿਖਾਈ ਆਈਏ ਆਪਣੇ ਵਿਊਅਰਸ ਨੂੰ।